ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ ਅਤੇ ਮੈਂ ਕਮਲਦੀਪ ਸਿੰਘ। ਸਾਉਣ ਦਾ ਮਹੀਨਾ ਚੱਲ ਰਿਹਾ ਜੀ, ਬਹੁਤ ਹੀ ਵਧੀਆ ਚੱਲ ਰਿਹਾ, ਅਤੇ ਕਿਹੜੀ ਗੱਲੋਂ ਥੋੜ੍ਹਾ ਜ਼ਿਆਦਾ ਵਧੀਆ ਚੱਲ ਰਿਹਾ ਆਪਾਂ ਦੱਸ ਦਿਆਂ, ਕਿਉਂਕਿ ਸਾਡੇ ਨਾਲ ਸਾਵਨ ਮੈਡਮ ਨਹੀਂ, ਸਾਵਨ ਮੈਡਮ ਸਾਡੇ ਨਾਲ ਆ। ਮੈਡਮ, ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੇ ਜਨਮ ਦਿਨ ਦੀ। ਸੋ ਮਚ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਥੈਂਕ ਯੂ, ਥੈਂਕ ਯੂ ਸੋ ਮਚ। ਪਹਿਲਾ ਕੁਐਸਚਨ ਤਾਂ ਇਹੀ ਬਣਦਾ ਵੀ ਤੁਹਾਡਾ ਨਾਂ ਸਾਵਨ ਆ, ਇਹ ਮਤਲਬ ਤੁਸੀਂ ਸਾਉਣ ਦੇ ਮਹੀਨੇ 'ਚ ਪੈਦਾ ਹੋਈ ਸੀ ਤਾਂ ਰੱਖਿਆ ਗਿਆ ਸੀਗਾ ਜੀ? ਜੀ, ਮੈਂ ਮੇਰਾ ਬਰਥਡੇ ਜਿਹੜਾ ਉਹ ਸਾਵਨ ਦੇ ਮਹੀਨੇ 'ਚ ਹੀ ਹੋਇਆ, ਅਤੇ ਮੈਂ 7 ਅਗਸਤ ਨੂੰ ਮੇਰੇ ਅੱਜ ਦਾ ਦਿਨ ਮੈਂ ਇਸ ਧਰਤੀ 'ਤੇ ਆਈ ਹਾਂ, ਸੋ ਇਸ ਲਈ ਸਾਵਨ ਦੇ ਮਹੀਨੇ 'ਚ ਸੀਗੀ, ਸੋ ਮੰਮੀ ਪਾਪਾ ਨੇ ਮੇਰਾ ਨਾਮ ਸਾਵਨ ਰੱਖਤਾ। ਮਤਲਬ ਕੌਰ ਜਾਂ ਕੁਛ ਨਹੀਂ ਰੱਖਿਆ ਤੁਹਾਡੇ ਨਾਮ ਪਿੱਛੇ? ਕਿ ਕੌਰ? ਯੈਸ, ਡੈਫੀਨੇਟਲੀ। ਕਰੇ ਵੀ ਪੁੱਛਣਾ ਚਾਹੁੰਦਾ ਜੀ, ਸਾਵਨ ਜਾਂ ਸਾਵਨਪ੍ਰੀਤ ਕੌਰ ਪੂਰਾ ਨਾਮ ਹੈ ਮੇਰਾ, ਸਾਵਨਪ੍ਰੀਤ ਕੌਰ। ਰੂਪੋਵਾਲੀ ਤੁਹਾਡਾ ਪਿੰਡ ਹੈ ਜਾਂ ਸਰਨੇਮ? ਹਾਂਜੀ, ਰੂਪੋਵਾਲੀ ਮੇਰਾ ਪਿੰਡ ਹੈ ਜੀ। ਤੁਹਾਡਾ ਸਰਨੇਮ ਕੀ ਹੈ ਜੀ? ਸਾਵਨਪ੍ਰੀਤ ਕੌਰ ਗਰੇਵਾਲ ਜੀ। ਸਾਵਨਪ੍ਰੀਤ ਕੌਰ ਗਰੇਵਾਲ ਜੇ ਮਤਲਬ ਜੇ ਫਿਲਮ ਦੇ ਵਿੱਚ ਪੂਰਾ ਨਾਮ ਹੋਵੇ ਫਿਰ ਤਾਂ ਇੱਕ ਸਕਰੀਨ ਤਾਂ ਮੈਡਮ ਦੇ ਨਾਮ ਨੂੰ ਲੱਗ ਜਾਣੀ ਆ, ਸਾਵਨਪ੍ਰੀਤ ਕੌਰ ਗਰੇਵਾਲ ਰੂਪੋਵਾਲੀਆ। ਜੀ 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 ਜੀ, ਬਿਲਕੁਲ, ਇਸ ਲਈ ਫਿਰ ਸ਼ਾਰਟ ਦੇ ਵਿੱਚ ਆਪਾਂ ਇਹਨੂੰ ਕਰਦੇ ਹਾਂ। ਮੈਡਮ, ਬਰਥਡੇ ਵੀ, ਫੇਸ ਮਹੀਨੇ ਮੂਵੀ ਵੀ, ਉੱਪਰੋਂ ਸੁਪਰ ਹਿੱਟ ਵੀ, ਕਿੰਨੇ ਕੁ ਚਾਅ ਮਤਲਬ ਦਿਲ ਦੇ ਵਿੱਚ ਉੱਠ ਰਿਹਾ? ਮਤਲਬ ਕਿ ਸਾਰੇ ਮੈਨੂੰ ਇੱਦਾਂ ਹੀ ਬੋਲ ਰਿਹਾ ਕਿ ਬਸ ਸਾਵਨ ਫਿਲਮ 'ਚ, ਸਾਵਨ ਸਾਵਨ ਦਾ ਬਰਥਡੇ, ਸੋ ਬਹੁਤ ਬਲੈਸਡ ਹਾਂ ਮੈਂ, ਬਹੁਤ ਜ਼ਿਆਦਾ ਖੁਸ਼ ਹਾਂ ਮੈਂ ਤੋਂ, ਇੰਨੀ ਖੁਸ਼ੀ ਜਿਹੜੀ ਆ ਉਹ ਮੀਨਸ ਸਮਝ ਵੀ ਨਹੀਂ ਜਾ ਰਹੀ, ਆਈ ਐਮ ਸੋ ਬਲੈਸਡ। ਅਸੀਂ ਸੋਚ ਰਹੇ ਤੁਹਾਡੇ ਬਰਥਡੇ ਸੈਲੀਬ੍ਰੇਟ ਕਰ ਰਹੇ ਸੀਗੇ ਵੀ ਕਿੰਨੀਆਂ ਮੋਮਬੱਤੀਆਂ ਲਾਈਏ, ਪਹਿਲਾਂ ਮੈਂ 20 ਲਾਤੀਆਂ, ਮੈਂ ਕਿਹਾ ਵੀ 19 ਸਾਲ ਦੀ ਕੁੜੀ ਹਜੇ ਹੋਈ ਨਹੀਂ ਹੈਗੀ, ਵੀ ਥੋੜ੍ਹੀਆਂ ਘੱਟ ਕਰੋ, ਫਿਰ ਅਸੀਂ ਕਿ ਤੁਸੀਂ ਦੱਸਿਓ ਸਾਨੂੰ ਕਿੰਨੀਆਂ ਕੁ ਬਣਦੀਆਂ ਜੀ? ਕੁੜੀਆਂ ਤੋਂ ਏਜ ਨਹੀਂ ਪੁੱਛੀ ਦੀ ਕਦੀ ਵੀ, ਇਹ ਸੱਚੀ ਨਹੀਂ ਪੁੱਛੀ ਦੀ, ਚਲੋ ਏਜ ਨਾ ਦੱਸੋ, ਦਿਨ ਦੱਸ ਦਿਓ, ਮਹੀਨੇ ਦੱਸ ਦਿਓ, ਫਿਰ ਤਾਂ ਤੁਸੀਂ ਅੰਦਾਜ਼ਾ ਲਾ ਲਓਗੇ। ਮੈਨੂੰ ਪਤਾ, ਮੈਂ ਤੁਹਾਡੇ ਨਾਲ ਪਹਿਲਾਂ ਇੰਟਰਵਿਊ ਕਰ ਚੁੱਕੀ, ਇਸ ਲਈ ਮੈਂ ਤੁਹਾਨੂੰ ਅੰਡਰ ਐਸਟੀਮੇਟ ਨਹੀਂ ਕਰਾਂਗੀ। ਨਹੀਂ ਜੀ, ਉਹ ਤਾਂ ਮੰਨਦਾ ਹੈ ਗੱਲ ਨੂੰ ਜੀ, ਬਾਕੀ ਇੰਨੇ ਵੱਡੇ ਨਹੀਂ ਹੋਏ ਹਲੇ, ਬਟ ਠੀਕ ਆ, ਕੰਮ ਵੱਡੇ ਵੱਡੇ ਕਰ ਲਵੇ। ਹਾਂ, ਇਹ ਕਹਿ ਸਕਦੇ ਹਾਂ ਕਿ ਸ਼ੁਰੂਆਤ ਆ, ਹੌਲੀ ਹੌਲੀ ਆਪਾਂ ਹੋਰ ਅੱਗੇ ਵਧੀਆ ਕੰਮ ਕਰਾਂਗੇ। ਤੁਹਾਡੇ ਜਿਹੜਾ ਸਿਕੰਦਰ ਦਾ ਤੁਹਾਡਾ ਕਰੈਕਟਰ ਆ, ਮੈਂ ਉਹਨੂੰ ਕਨੂ ਪ੍ਰਿਆ ਦੇ ਨਾਲ ਕੰਪੈਰੀਜ਼ਨ ਕੀਤਾ ਜਾ ਰਿਹਾ ਨਾ ਜੀ, ਵੀ ਕਿੱਦਾਂ ਲੱਗ ਰਿਹਾ? ਕਿਉਂਕਿ ਕਾਫੀ ਨਾਮ ਉਹਨਾਂ ਦਾ, ਕਨੂ ਪ੍ਰਿਆ ਇੱਕ ਐਗਜ਼ਾਮਪਲ ਸੈੱਟ ਕੀਤੀ ਉਹਨਾਂ ਨੇ ਪੂਰੇ ਦੁਨੀਆ ਦੇ ਵਿੱਚ ਲੜਕੀਆਂ ਲਈ, ਯੂਥ ਦੇ ਲਈ। ਕਨੂ ਪ੍ਰਿਆ ਜੀ ਦਾ ਕਰੈਕਟਰ, ਹਾਂਜੀ ਬਿਲਕੁਲ, ਉਹ ਜਿੱਦਾਂ ਉਹ ਆਪਣੇ ਯੂਥ ਲਈ ਇਲੈਕਸ਼ਨਸ ਲੜਦੇ ਆ, ਹੈ ਨਾ, ਪ੍ਰੈਜ਼ੀਡੈਂਟ ਨੇ ਉਹ, ਹੈ ਨਾ, ਯੂਨੀਵਰਸਿਟੀ ਦੇ, ਸੋ ਕਰੈਕਟਰ ਕਰਨ ਨੂੰ ਮਿਲਿਆ। ਮੈਂ ਜਿੰਨਾ ਉਹਦੇ ਵਿੱਚ ਆਪਣੇ ਐਫਰਟਸ ਕਰ ਸਕਦੀ ਸੀਗੀ ਕਿ ਮੈਂ ਥੋੜ੍ਹਾ ਉਹਨਾਂ ਵਾਂਗੂ ਬਿਹੇਵ ਕਰਾਂ, ਉਹਨਾਂ ਵਾਂਗੂ ਐਕਟ ਕਰਾਂ, ਉਹਨਾਂ ਦੀ ਬੋਡੀ ਲੈਂਗੁਏਜ ਐਂਡ ਆਲ ਸਾਰਾ ਕੁਝ ਉਹ ਮੈਂ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਲੋਕਾਂ ਨੇ ਕਾਫੀ ਪਿਆਰ ਦਿੱਤਾ, ਅਤੇ ਮੈਨੂੰ ਲੱਗਦਾ ਕਿ ਲੋਕਾਂ ਨੂੰ ਮੇਰਾ ਕਰੈਕਟਰ ਅੱਛਾ ਲੱਗਿਆ। ਅਤੇ ਹੁਣ ਤੁਹਾਡੀ ਇੱਕ ਫਿਲਮ ਹੋਰ ਆ ਰਹੀ ਹੈ, ਤੁਸੀਂ ਉਹਦਾ ਨਾਮ ਦੱਸੋ ਜੀ, ਅਸੀਂ ਤਾਂ ਕੱਲ੍ਹ ਹੀ ਤੁਹਾਡੇ ਮੂੰਹੋਂ ਜ਼ਿਆਦਾ ਸੋਹਣਾ ਲੱਗੂਗਾ ਜੀ। ਇਸ ਤੋਂ ਬਾਅਦ ਮੇਰੀ ਫਿਲਮ ਆ ਰਹੀ ਹੈ ਜੀ 19-21 ਵਿਦ ਜਗਜੀਤ ਸੰਧੂ, ਸੋ ਉਹ ਫੈਮਿਲੀ ਡਰਾਮਾ ਹੈ, ਫੁੱਲ ਕੋਮੇਡੀ ਆ ਉਹਦੇ ਵਿੱਚ। ਜਿੱਦਾਂ ਅਸੀਂ ਤੁਹਾਡੀ ਇੱਕ ਇੰਟਰਵਿਊ ਪੜ੍ਹੀ ਸੀ, ਤੁਸੀਂ ਲਿਖਿਆ ਵੀ ਇਹਦੇ ਵਿੱਚ ਕਰੈਕਟਰ ਮੇਰਾ ਬਹੁਤ ਹਟ ਕੇ ਆ, ਇੱਕ ਸ਼ਹਿਰੀ ਕੁੜੀ ਆ, ਮਤਲਬ ਜੀ ਕਾਫੀ ਐਟੀਟਿਊਡ ਵਾਲੀ। ਜਿੱਦਾਂ ਹੁਣ ਆਪਣੀ ਆਹ ਫਿਲਮ ਸੀ, ਇਹਦੇ ਵਿੱਚ ਪ੍ਰੈਜ਼ੀਡੈਂਟ ਕੁੜੀ, ਹੈ ਨਾ, ਮਿਚਿਓਰ ਕਰੈਕਟਰ, ਉਹਦੇ ਵਿੱਚ ਮੇਰਾ ਕਰੈਕਟਰ ਹੈ ਜੋ ਉਹ ਇੱਕ ਪਿੰਡ ਦੀ ਸ਼ਰਾਰਤੀ ਕੁੜੀ, ਜਦੋਂ ਮਤਲਬ ਕਿ ਸ਼ਹਿਰ 'ਚ ਪੜ੍ਹਨ ਜਾਂਦੀ ਆ, ਉਹਦਾ ਬਿਹੇਵੀਅਰ ਲਾਈਕ ਉਹ ਪੇਂਡੂ ਪੁਣਾ ਵਿਦ ਸਟਾਈਲ, ਯੂ ਨੋ, ਉਹ ਚੀਜ਼ਾਂ ਨੇ ਕਰਨ ਨੂੰ ਮਿਲੀਆਂ ਮੈਨੂੰ, ਸ਼ਰਾਰਤਾਂ ਕਰਨ ਨੂੰ ਮਿਲੀਆਂ, ਸੋ ਇਸ ਫਿਲਮ ਦੇ ਵਿੱਚ 19-21 ਪੂਰਾ ਕਰ ਰਿਹਾ। ਅਤੇ ਜੱਦੀ ਸਰਦਾਰ ਦਾ ਕਰੈਕਟਰ ਥੋੜ੍ਹਾ ਅਲੱਗ ਆ ਜੀ, ਉਹਦੇ ਵਿੱਚ ਜੱਦੀ ਸਰਦਾਰ ਦਾ ਜੋ ਕਰੈਕਟਰ ਆ, ਉਹ ਕਰੈਕਟਰ ਜੋ ਹੈ ਉਹ ਬਹੁਤ ਹੀ ਭੋਲੀ ਭਾਲੀ ਸਾਊ ਜੀ ਕੁੜੀ ਦਾ ਕਰੈਕਟਰ ਆ, ਸੋ ਉਹਨੂੰ ਕਰਕੇ ਵੀ ਬਹੁਤ ਮਜ਼ਾ ਆਇਆ, ਕਿਉਂਕਿ ਤਿੰਨੋਂ ਕਰੈਕਟਰ ਇੱਦਾਂ ਦੇ ਆ ਕਿ ਉਹ ਜਿਹੜੇ ਮੇਰੇ ਤੋਂ ਹਟ ਕੇ ਨੇ, ਸੋ ਡਿਫਰੈਂਟ ਡਿਫਰੈਂਟ ਕਰੈਕਟਰ ਕਰਨ 'ਚ ਇੱਕ ਆਪਣਾ ਅਲੱਗ ਹੀ ਮਜ਼ਾ ਹੈ। ਤੁਸੀਂ ਇੰਟਰਵਿਊਜ਼ ਦੇ ਵਿੱਚ ਕਿਹਾ ਨਾ ਵੀ ਮਤਲਬ ਤੁਹਾਨੂੰ ਜ਼ਿਆਦਾ ਮਜ਼ਾ ਆਇਆ ਸਿਕੰਦਰ ਵਾਲਾ ਕਰੈਕਟਰ ਨਿਭਾ ਕੇ, ਸਿਕੰਦਰ 2 ਜਿਹੜਾ ਤੁਸੀਂ ਬਣਾਇਆ, ਕੋਈ ਖਾਸ ਵਜ੍ਹਾ ਵੀ ਤੁਸੀਂ ਜਦੋਂ ਖੁਦ ਪੜ੍ਹਦੇ ਸੀਗੇ ਇੱਦਾਂ ਦੀਆਂ ਗਤੀਵਿਧੀਆਂ ਤੁਹਾਡਾ ਪਾਰਟੀਸਪੇਟ ਰਹਿੰਦਾ ਸੀ? ਮਤਲਬ ਕਿ ਇਹ ਕਰਕੇ ਕਿਵੇਂ ਲੱਗਿਆ? ਮਤਲਬ ਤੁਹਾਡਾ, ਤੁਸੀਂ ਇੱਕ ਸਟੇਟਮੈਂਟ ਦਿੱਤੀ ਆ ਨਾ ਵੀ ਤੁਹਾਨੂੰ ਸਾਰਿਆਂ ਕਰੈਕਟਰ ਨਾਲੋਂ ਜਿਹੜਾ ਤੁਹਾਡਾ ਕਰੈਕਟਰ ਇਹ ਆ ਸਿਕੰਦਰ 2 ਦਾ, ਉਹ ਤੁਹਾਨੂੰ ਜ਼ਿਆਦਾ ਵਧੀਆ ਲੱਗਾ? ਮੈਂ ਪੁੱਛਣਾ, ਜਿਵੇਂ ਕਾਲਜ ਟਾਈਮ ਤੁਸੀਂ ਇੱਦਾਂ ਦੀ ਐਕਟੀਵਿਟੀਜ਼ ਦੇ ਵਿੱਚ ਪਾਰਟੀਸਪੇਟ ਕਰਦੇ ਰਹੇ ਹੋ ਕੁਛ? ਇਹਨੂੰ ਐਕਸਪਲੇਨ ਕਰਦੀ ਹਾਂ, ਐਕਚੁਲੀ ਇੱਦਾਂ ਸੀਗਾ ਕਿ ਮੈਨੂੰ ਜ਼ਿਆਦਾ ਚੈਲੇਂਜਿੰਗ ਲੱਗਿਆ ਇਹ ਕਰੈਕਟਰ, ਹਾਲਾਂਕਿ ਉਹ ਮੇਰੇ ਨੇੜੇ ਸੀਗਾ ਕਿਉਂਕਿ ਮੈਂ ਥੀਏਟਰ ਕਰਦੀ ਹਾਂ, ਹਾਲੇ ਵੀ ਕਰਦੀ ਹਾਂ ਥੀਏਟਰ, ਅਤੇ ਮਤਲਬ ਇਹ ਸੀਗਾ ਕਿ ਉਹ ਮੇਰੇ ਬਹੁਤ ਨੇੜੇ ਸੀਗਾ, ਅਤੇ ਮੈਨੂੰ ਚੈਲੇਂਜਿੰਗ ਇਸ ਲਈ ਲੱਗਿਆ ਕਿਉਂਕਿ ਪਾਪਾ ਜਦੋਂ ਬਚਪਨ ਤੋਂ ਲੈ ਕੇ ਹੁਣ ਤੱਕ ਜਿੱਦਾਂ ਥੀਏਟਰ ਕੀਤਾ, ਤਾਂ ਉਹਦੇ 'ਚ ਪਾਪਾ ਕਹਿੰਦੇ ਸੀ ਕਿ ਚੱਲ ਤੂੰ ਹੁਣ ਬੋਲ, ਹੁਣ ਲੋਕਾਂ ਸਾਹਮਣੇ ਬੋਲ। ਮੈਂ ਹਮੇਸ਼ਾ ਮੰਮੀ ਕਿਹਾ ਪਾਪਾ ਨਹੀਂ, ਮੈਂ ਐਕਟ ਠੀਕ ਹੈ, ਮੈਂ ਐਕਟਿੰਗ ਕਰ ਲੈਂਦੀ ਹਾਂ, ਬਟ ਮੈਂ ਭਾਸ਼ਣ ਨਹੀਂ ਦੇਣਾ, ਮੈਂ ਨਹੀਂ ਬੋਲੂੰਗੀ ਇਹ, ਪਰ ਉਹ ਚੀਜ਼ਾਂ ਮੈਨੂੰ ਹੁਣ ਫੇਸ ਕੀਤੀਆਂ ਮੈਂ ਇਸ ਫਿਲਮ ਦੇ ਵਿੱਚ, ਮੈਨੂੰ ਕਰਨੀਆਂ ਪੈ ਗਈਆਂ, ਹੁਣ ਮੈਂ ਕਹਿ ਨਹੀਂ ਸਕਦੀ ਵੀ ਮੇਰੇ ਕੋਈ ਚੀਜ਼ ਰਹਿ ਗਈ ਆ ਥੀਏਟਰ 'ਚ ਕਰਨ ਵਾਲੀ, ਮੇਰੀ ਮੈਂ ਭਾਸ਼ਣ ਵੀ ਦੇ ਲਿਆ, ਸਾਰੀ ਚੀਜ਼ਾਂ ਹੋ ਗਈਆਂ, ਸੋ ਉਹ ਚੈਲੇਂਜਿੰਗ ਸੀ ਮੇਰੇ ਲਈ ਕਿ ਹਾਂ ਵੀ ਹੁਣ ਇਹਨੂੰ ਕਰਨਾ ਕਿਸੇ ਤਰ੍ਹਾਂ ਵੀ, ਇਟਸ ਗੁੱਡ। ਇੱਕ ਦਿਲ ਦੀ ਰੀਝ ਹੁੰਦੀ ਆ ਵੀ ਮੈਂ ਆਹ ਕਰੈਕਟਰ
ਉਹ ਤੁਹਾਡੇ ਮਾਈਂਡ 'ਚ ਕੋਈ ਮਤਲਬ ਇੱਕ ਬੰਦੇ ਦਾ ਹੁੰਦਾ ਵੀ ਆਹ ਕਰੈਕਟਰ ਕਰਨਾ, ਉਹ ਹੈ ਤੁਹਾਡੇ ਮਾਈਂਡ 'ਚ ਕੋਈ? ਹਾਂ ਮਤਲਬ ਕਰੈਕਟਰ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਮੁਸਲਿਮ ਕੁੜੀਆਂ ਬਹੁਤ ਪਸੰਦ ਆ। ਆਈ ਵਾਂਟ ਕਿ ਮੈਨੂੰ ਕੋਈ ਇੱਦਾਂ ਦਾ ਕਰੈਕਟਰ ਮਿਲੇ ਕੋਈ ਮੁਸਲਿਮ ਕੁੜੀ ਦਾ, ਮਤਲਬ ਕਿ ਮੈਂ ਉਹਨੂੰ ਇਮੈਜੀਨੇਸ਼ਨ ਮਤਲਬ ਇਮੈਜਿਨ ਕਰਦੀ ਰਹਿੰਦੀ ਹਾਂ, ਅਤੇ ਮੈਂ ਚਾਹੁੰਦੀ ਹਾਂ ਕਿ ਮੈਨੂੰ ਕੋਈ ਇੱਦਾਂ ਦਾ ਕਰੈਕਟਰ ਮਿਲੇ ਜਿਹਦੇ ਵਿੱਚ ਮੇਰਾ ਕਰੈਕਟਰ ਜੋ ਮੁਸਲਿਮ ਕੁੜੀ ਦਾ ਹੋਵੇ। ਮੁਸਲਿਮ ਕੁੜੀ ਕੀ ਕਰਨਾ ਚਾਹੁੰਦੀ ਹੈ ਮਤਲਬ? ਮੈਨੂੰ ਮੁਸਲਿਮ ਕੁੜੀਆਂ ਬਚਪਨ ਤੋਂ ਹੀ ਬੜੀਆਂ ਪਸੰਦ ਸੀ, ਬਹੁਤ ਜ਼ਿਆਦਾ ਪਸੰਦ ਸੀ। ਵੀਰ ਜ਼ਾਰਾ ਮੈਨੂੰ ਬਹੁਤ ਵਧੀਆ ਲੱਗੀ ਸੀ ਫਿਲਮ। ਸੋ ਮੈਨੂੰ ਇਹ ਲੱਗਦਾ ਕਿ ਉਹ ਕੁੜੀਆਂ ਇੱਕ ਤਾਂ ਮਤਲਬ ਚਲੋ ਉੱਦਾਂ ਵੀ ਉਹਨਾਂ ਦੀ ਪਰਸਨੈਲਿਟੀ ਡਿਫਰੈਂਟ ਹੁੰਦੀ ਹੈ, ਦੂਜਾ ਬਿਊਟੀ ਵਾਈਜ਼ ਹੈ ਨਾ, ਹੋਰ ਇਹ ਚੀਜ਼ਾਂ ਉਹਨਾਂ ਦੀ ਲੋਕਾਂ ਨੂੰ ਬਹੁਤ ਪਸੰਦ ਆਉਂਦੀਆਂ, ਅਤੇ ਉਹ ਮੈਨੂੰ ਇਹ ਲੱਗਦਾ ਕਿ ਮੈਂ ਕਰ ਸਕਦੀ ਹਾਂ। ਤੁਸੀਂ ਸਭ ਕੁਛ ਕਰ ਸਕਦੇ ਹਰ ਜੀਤ, ਤੁਹਾਡਾ ਅਲੱਗ ਕਰੈਕਟਰ ਸੀਗਾ ਇਸ ਮੂਵੀ ਤੋਂ, ਅਲੱਗ ਕਰੈਕਟਰ ਜਿੱਦਾਂ ਤੁਸੀਂ ਆਉਣ ਵਾਲੀ ਮੂਵੀਜ਼ ਬਾਰੇ ਦੱਸ ਰਹੇ ਹਾਂ ਉਹ ਅਲੱਗ ਕਰੈਕਟਰ ਆ, ਵਰਸਟੈਲਿਟੀ ਆ, ਉਹਦਾ ਰੀਜ਼ਨ ਹੁੰਦਾ ਵੀ ਤੁਸੀਂ ਇੱਕ ਥੀਏਟਰ ਆਰਟਿਸਟ ਆ ਨਾ, ਇਹਦਾ ਵੀ ਫਰਕ ਬਹੁਤ ਪੈਂਦਾ ਇਸ 'ਚ। ਇਸ ਕਰੈਕਟ ਮੈਂ ਜੋ ਮੁਸਲਿਮ ਕਰੈਕਟਰ ਕਰਨ ਦਾ ਉਹਦੇ ਪਿੱਛੇ ਸਿਰਫ ਇੱਕ ਮੇਰੀ ਇੱਕ ਪਸੰਦ ਹੈ ਕਿ ਉਹ ਮੈਨੂੰ ਪਸੰਦ ਹੈ, ਕੁੜੀਆਂ ਮੈਨੂੰ ਸੋਹਣੀਆਂ ਲੱਗਦੀਆਂ। ਸੋ ਆਈ ਵਾਂਟ ਕਿ ਮੈਨੂੰ ਕਦੀ ਮੌਕਾ ਮਿਲੇ ਮੁਸਲਿਮ ਕੁੜੀ ਦਾ ਕਰੈਕਟਰ ਕਰਨ ਦਾ। ਮਤਲਬ ਤੁਹਾਨੂੰ ਕੁੜੀਆਂ ਸੋਹਣੀਆਂ ਲੱਗਦਾ, ਮੁੰਡੇ ਨਹੀਂ ਹੈ ਨਾ ਜੀ? ਦੋ ਵਾਰੀ ਮੈਡਮ ਨੇ ਕਹਿ ਦਿੱਤਾ ਵੀ ਮੈਨੂੰ ਕੁੜੀਆਂ ਪਸੰਦ ਆ, ਮੈਂ ਕਿਹਾ ਇੱਕ ਪੁੱਛ ਹੀ ਲਵਾਂ ਪਹਿਲਾਂ। ਮਤਲਬ ਸੋਹਣੀਆਂ ਲੱਗਦੀਆਂ ਯਾਰ, ਮਤਲਬ ਕੁੜੀਆਂ ਸੋਹਣੀਆਂ ਹੁੰਦੀਆਂ ਤਾਂ ਲੱਗ ਸਕਦੀਆਂ ਇਹਦੇ 'ਚ। ਤੁਸੀਂ ਨਾ ਰੋਜ਼ ਸ਼ੀਸ਼ਾ ਦੇਖਦੇ ਆ ਫਿਰ ਤਾਂ ਤੁਸੀਂ ਕਹਿ ਰਹੇ ਮੈਂ ਕੁੜੀਆਂ ਸੋਹਣੀਆਂ ਹੁੰਦੀਆਂ, ਅਸੀਂ ਮੰਨਦੇ ਉਸ ਗੱਲ, ਅਸੀਂ ਮੁੱਕਰਦੇ ਨਹੀਂ ਉਸ ਚੀਜ਼ ਜੀ, ਬਿਲਕੁਲ। ਉਸ ਗੱਲ ਦਾ ਜਵਾਬ ਦਿਓ ਤੁਸੀਂ, ਤੁਸੀਂ ਕਿਹਾ ਵੀ ਮੁੰਡੇ ਨਹੀਂ ਸੋਹਣੇ ਲੱਗਦੇ ਜੀ? ਮੁੰਡੇ ਵੀ ਬਹੁਤ ਸੋਹਣੇ ਲੱਗਦੇ ਆ, ਮੁੰਡੇ ਜਿਹੜੇ ਸੋਹਣੇ ਆ ਸੋਹਣੇ ਲੱਗਦੇ ਹੀ ਆ। ਹੁਣ ਆਪਾਂ ਨਾ ਤੁਸੀਂ ਮੈਨੂੰ ਚਲੋ ਜ਼ਿਆਦਾ ਨਹੀਂ ਪੁੱਛਦੇ, ਆਪਾਂ ਬਾਕੀਆਂ ਤੋਂ ਪੰਜ ਪੁੱਛਦੇ ਹਾਂ। ਤੁਹਾਡਾ ਬਰਥਡੇ ਆ, ਤੁਹਾਨੂੰ ਥੋੜ੍ਹੀ ਜਿਹੀ ਰਿਆਇਤ ਵੀ ਜਿੰਨਾ ਤੁਹਾਡਾ ਚਲੋ ਵਿਆਹ ਹੋਣਾ, ਇਹ ਨਾ ਕਿਉਂ ਮੈਂ ਕਰਾਉਣਾ ਨਹੀਂ ਹੈ ਨਾ, ਵੀ ਤਿੰਨ ਕੁਆਲਿਟੀ ਦੱਸਣੀਆਂ ਵਧੀਆ ਜਿਹੀਆਂ, ਦੇਖੋ ਵਿੱਚ ਆਹ ਨਹੀਂ ਹੋਣੀਆਂ ਚਾਹੀਦੀਆਂ ਵੀ ਮੰਮੀ ਡੈਡੀ ਦਾ ਆਗਿਆਕਾਰੀ ਹੋਵੇ, ਕਿਉਂਕਿ ਉਹ ਤਾਂ ਹੋਊਗਾ ਹੀ, ਉਹ ਤਾਂ ਅਸੀਂ ਚਾਹੁੰਦੇ ਹਾਂ ਵੀ ਉਹ ਚੀਜ਼ ਤਾਂ ਹੋਣੀ ਚਾਹੀਦੀ ਆ, ਵੀ ਘਰਦਿਆਂ ਦੀ ਸੇਵਾ ਕਰੇ, ਮੇਰੇ ਸੇਵਾ ਕਰੇ। ਹਾਂਜੀ ਤੁਸੀਂ ਪਹਿਲਾਂ ਹੀ ਗਿਣਾ ਦਿਓ ਵੀ ਕੀ ਚੀਜ਼ਾਂ ਜਿਹੜੀਆਂ ਉਹ ਨਹੀਂ ਬੋਲੀਆਂ, ਮੈਂ ਨਹੀਂ ਬੋਲੂੰਗੀ। ਇਹ ਨਹੀਂ ਬੋਲੀਆਂ, ਇਹ ਤਾਂ ਆਪਾਂ ਕਹਿੰਦੇ ਹਾਂ ਵੀ ਇਹ ਤਾਂ ਹੋਣਾ ਚਾਹੀਦਾ ਹੀ ਚਾਹੀਦਾ ਨਾ ਜੀ, ਮੁੰਡਾ ਨਹੀਂ ਬੋਲਣਾ ਹੋਰ ਕੀ ਨਹੀਂ ਬੋਲਣਾ, ਸੇਵਾ ਕਰਦਾ ਹੋਵੇ ਨਾ ਵੀ ਕਰਦਾ ਤੁਸੀਂ ਕਰਾਈ ਲੈਣੀ ਆ। ਜਾਣ ਦੇਣੀ ਇੱਕ ਦਿਨ ਇਦਾਂ ਦੀਆਂ ਗੱਲਾਂ ਨਾ ਕਰੋ, ਤੇ ਮੇਰੀ ਫੀਲਡ ਨੂੰ ਸਮਝਣ, ਮੈਂ ਜਿਸ ਫੀਲਡ 'ਚ ਹਾਂ ਅਤੇ ਮੈਨੂੰ ਕੋਆਪਰੇਟ ਕਰਨ ਮੇਰੇ ਨਾਲ, ਹੈ ਨਾ ਵੀ ਮੈਨੂੰ ਅੱਗੇ ਮੇਰੇ ਪੇਰੈਂਟਸ ਮੇਰਾ ਸਾਥ ਦਿੰਦੇ ਆ, ਤਾਂ ਅਤੇ ਉਹ ਵੀ ਇਹੋ ਜਿਹਾ ਪਰਸਨ ਹੋਵੇ ਕਿ ਜਿਹੜਾ ਮੇਰਾ ਸਾਥ ਦੇਵੇ ਔਰ ਮੈਨੂੰ ਅੱਗੇ ਵਧਣ ਲਈ ਹਮੇਸ਼ਾ ਮੇਰੇ ਨਾਲ ਹੋਵੇ, ਇਹ ਮੇਰੇ ਲਈ ਬਹੁਤ ਇੰਪੋਰਟੈਂਟ ਚੀਜ਼ ਆ। ਅਤੇ ਤੀਜਾ ਮੈਨੂੰ ਪਿਆਰ ਕਰੇ। ਉਹ ਤਾਂ ਜੀ ਤਿੰਨ, ਇੱਕ ਹੋਰ ਚਾਹੀਦੀ, ਇੱਕ ਹੋਰ ਥੋੜ੍ਹੀ ਵੱਖਰੀ ਜੀ, ਇੱਕ ਕਹਿੰਦੇ ਨਾ ਵੀ ਬੰਦੇ ਨੂੰ ਵੱਖਰੀ ਚੀਜ਼ ਚਾਹੀਦੀ ਹੁੰਦੀ ਆ, ਉਹ ਸੋਚੋ ਜਿਮ ਕਰੇ। ਇਹ ਤਾਂ ਲੱਗ ਰਿਹਾ ਵੀ ਤੁਸੀਂ ਕਿਸੇ ਦੇ ਵਿੱਚੋਂ ਲੱਭ ਰਹੇ ਆ ਵੀ ਉਹਦੇ 'ਚ ਕਿਹੜੀਆਂ ਕਿਹੜੀਆਂ ਕੁਆਲਿਟੀਜ਼ ਆ, ਲੱਗਾ ਇੱਦਾਂ। ਮਤਲਬ ਮੈਨੂੰ ਇਹ ਹੈ ਕਿ ਉਹ ਜਿਮ ਕਰੇ। ਤੁਸੀਂ ਇਹਦਾ ਇੱਦਾਂ ਸੋਚਿਆ ਵੀ ਉਹ 'ਚ ਆ ਵੀ ਹੈਗਾ, ਆ ਵੀ ਹੈਗਾ ਹੋਵੇ, ਮਤਲਬ ਫਿੱਟ ਹੋਵੇ, ਮਤਲਬ ਹੋ ਜੇ ਨਹੀਂ ਵੀ ਆ ਤਾਂ ਹੋ ਜੇ, ਮਤਲਬ ਹਜੇ ਨਹੀਂ ਆ ਤਾਂ ਤੁਸੀਂ ਕਹਿੰਦੇ ਵੀ ਉਹ ਜਿਮ ਜੁਆਇਨ ਕਰ ਲਵੇ, ਇਨਡਾਇਰੈਕਟਲੀ ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਨਹੀਂ ਮਤਲਬ ਕਿ ਜਿੱਦਾਂ ਹੁਣ ਮੈਂ ਵੀ ਕਈ ਵਾਰੀ ਜਿਮ ਨਾ ਜਾਵਾਂ ਤਾਂ ਮੈਨੂੰ ਕਵੇ ਵੀ ਤੂੰ ਜਾ ਜਿਮ, ਮਤਲਬ ਇੰਨਾ ਹੋਵੇ, ਆਈ ਵਾਂਟ ਫਿੱਟ ਪਰਸਨ। ਅਤੇ ਫਿਟਨੈਸ ਦੀ ਗੱਲ ਚੱਲੀ ਆ, ਤੁਸੀਂ ਵੀ ਕਾਫੀ ਸੋਸ਼ਲ ਮੀਡੀਆ 'ਤੇ ਪਾਉਂਦੇ ਹੋ ਪੋਸਟ, ਤੁਸੀਂ ਜਿੰਮ ਜਾਂਦੇ ਆ, ਅਤੇ ਜਦੋਂ ਸ਼ੂਟ ਵਗੈਰਾ ਹੁੰਦਾ ਮੈਮ ਉਦੋਂ ਫਿਰ ਸਕਿੱਪ ਹੁੰਦਾ ਕਿ ਕਿੱਦਾਂ ਤੁਸੀਂ ਉਸ ਚੀਜ਼ ਨੂੰ ਮੇਨਟੇਨ ਕਰਦੇ ਆ? ਆਈ ਹੈਵ ਟ੍ਰੇਨਰ, ਮੇਰੇ ਟ੍ਰੇਨਰ ਨੇ ਰਾਕੇਸ਼, ਅਤੇ ਉਹ ਇੱਦਾਂ ਹੁੰਦਾ ਕਿ ਜਿੱਦਾਂ ਕਈ ਵਾਰੀ ਮੋਰਨਿੰਗ ਜਿੰਮ, ਕਿਉਂਕਿ ਸ਼ਾਮ ਨੂੰ ਨਹੀਂ ਲੱਗ ਸਕਦੀ ਜੇ ਤੁਸੀਂ ਸ਼ੂਟ 'ਤੇ ਜਾਂਦੇ ਹੋ, ਤੁਸੀਂ ਮੋਰਨਿੰਗ ਜਿੰਮ ਕਰਕੇ ਜਾਂਦੇ ਹੋ ਤੁਹਾਡਾ ਸਾਰਾ ਦਿਨ ਫਰੈਸ਼ ਰਹਿੰਦਾ ਅਤੇ ਯੂ ਫੀਲ ਵੈਰੀ ਗੁੱਡ, ਅਤੇ ਜੇ ਤੁਸੀਂ ਆ ਕੇ ਕਰਦੇ ਹੋ ਫਿਰ ਤਾਂ ਬੈਂਡ ਵੱਜੀ ਹੁੰਦੀ ਹੈ, ਤੁਸੀਂ ਨਹੀਂ ਜਿੰਮ ਲਾ ਸਕਦੇ। ਸੋ ਮੈਂ ਸ਼ੂਟ ਜਦੋਂ ਹੁੰਦਾ ਉਸ ਤੋਂ ਪਹਿਲਾਂ, ਜਿੰਨਾ ਟਾਈਮ ਹੁੰਦਾ ਕਾਲ ਟਾਈਮ ਤੋਂ ਪਹਿਲਾਂ ਉੱਠ ਕੇ ਜਿੰਮ ਜਾ ਕੇ ਦੈਨ ਮੈਂ ਸ਼ੂਟ 'ਤੇ ਜਾਂਦੀ ਹਾਂ। ਜਿੰਨੀਆਂ ਵੀ ਤੁਸੀਂ ਮੂਵੀਜ਼ ਕਰ ਲਈਆਂ, ਚਲੋ ਜਿਹੜੀਆਂ ਆਉਣ ਵਾਲੀਆਂ ਵੈਸੇ ਸ਼ੂਟ ਵੀ ਹੋ ਚੁੱਕਾ, ਆਪਾਂ ਉਹਨਾਂ ਬਾਰੇ ਨਹੀਂ ਪੁੱਛਾਂਗੇ, ਬੈਸਟ ਸੀਨ ਜਿਹੜਾ ਤੁਹਾਨੂੰ ਲੱਗਾ ਵੀ ਆਹ ਮੇਰੇ ਦਿਲ ਦੇ ਬਹੁਤ ਕਰੀਬ ਸੀਗਾ? ਇਨਕਲੂਡਿੰਗ ਹਰਜੀਤਾ, ਇਨਕਲੂਡਿੰਗ ਹਰਜੀਤਾ, ਇਹਦਾ ਆਨਸਰ ਇਹ ਨਾ ਆਵੇ ਕਿ ਮਾਂ ਨੂੰ ਆਪਣੇ ਸਾਰੇ ਬੱਚੇ ਹੀ ਪਿਆਰੇ ਹੁੰਦੇ ਆ, ਮੈਨੂੰ ਸਾਰਾ ਵਧੀਆ ਲੱਗਦਾ, ਇੱਕ ਪਾਰਟੀਕੁਲਰ ਸੀਨ ਦੱਸਣਾ ਤੁਸੀਂ? ਨਹੀਂ ਮੈਂ ਦੋਨਾਂ ਫਿਲਮਾਂ ਹੁਣ ਤੱਕ ਦੋ ਫਿਲਮਾਂ ਆਈਆਂ ਕਿ ਸਾਰਿਆਂ ਦੇ ਵਿੱਚੋਂ, ਸਾਰਿਆਂ ਦੇ ਟੋਟਲ ਜਿੰਨੀਆਂ ਵੀ ਤੁਹਾਡੀਆਂ ਟੋਟਲ, ਤੁਸੀਂ ਜਿਹੜੀਆਂ ਮੈਂ ਕਹਿੰਦਾ ਵੀ ਸ਼ੂਟ 'ਚ ਹੋ ਚੁੱਕੀ ਉਹਦਾ ਤਾਂ ਤੁਸੀਂ ਨਹੀਂ ਦੱਸੋਗੇ ਅਜੇ? ਮੈਂ ਤਾਂ ਸਾਰੀਆਂ ਫਿਲਮਾਂ 'ਚੋਂ ਇੱਕ ਇੱਕ ਸੀਨ ਦੱਸ ਦਿੰਦੀ ਹਾਂ, ਕਿਉਂਕਿ ਮੈਂ ਇਹ ਨਹੀਂ ਕਹਿ ਸਕਦੀ ਕਿ ਮੇਰੀ ਇੱਕੋ ਹੀ ਫਿਲਮ ਦਾ, ਕਿਉਂਕਿ ਹਰਜੀਤਾ ਆਲ ਟਾਈਮ ਮੇਰੀ ਫੇਵਰੇਟ ਰਹੇਗੀ, ਕਿਉਂਕਿ ਹਰ ਬੰਦੇ ਦੇ ਮਤਲਬ ਲਾਈਫ ਦੇ ਵਿੱਚ ਜੋ ਪਹਿਲੀ ਚੀਜ਼ ਆਉਂਦੀ ਆ ਉਹ ਹਮੇਸ਼ਾ ਉਹਦੇ ਦਿਲ ਦੇ ਕਰੀਬ ਹੁੰਦੀ ਆ। ਸੋ ਹਰਜੀਤਾ ਹਮੇਸ਼ਾ ਮੇਰੇ ਦਿਲ ਦੀ ਕਰੀਬ ਰਹੂਗੀ, ਉਹਦਾ ਇੱਕ ਇੱਕ ਸੀਨ ਮੇਰੇ ਦਿਲ ਦੇ ਕਰੀਬ ਰਹੇਗਾ। ਇੱਕ ਸੀਨ ਦੱਸੋ ਜੀ। ਹਰਜੀਤਾ ਦਾ ਮੇਰਾ ਫੇਵਰੇਟ ਸੀਨ ਆ ਜਿਹਦੇ ਵਿੱਚ ਮੈਂ
ਐਮੀ ਸਰ ਨੂੰ ਫੋਨ 'ਤੇ ਲਾਸਟ ਕਾਲ 'ਤੇ ਗੱਲ ਕਰਦੀ ਹਾਂ ਕਿ ਹੁਣ ਆਪਾਂ ਆਖਰੀ ਵਾਰ ਗੱਲ ਕਰ ਰਹੇ ਹਾਂ। ਸੋ ਇਮੋਸ਼ਨਲ ਸੀਨਸ ਮੈਨੂੰ ਪਸੰਦ ਆ, ਸੋ ਉਹ ਸੀਨ ਮੇਰਾ ਫੇਵਰਟ ਸੀਗਾ ਕਿਉਂਕਿ ਦਾਦੂ ਜਿਹੜੇ ਸਾਡੇ ਡਾਇਰੈਕਟਰ ਸੀ ਉਹਨਾਂ ਨੇ ਮੈਨੂੰ ਬਹੁਤ ਕਿਹਾ ਕਿ ਸਾਵਨ ਗਲੀਸਰੀਨ ਡਾਲ ਲੈ, ਵੀ ਯੂ ਆਰ ਗੁੱਡ ਐਕਟਰ, ਮੈਨੂੰ ਪਤਾ ਤੂੰ ਕਰ ਲੇਗੀ। ਮੈਂ ਕਿਹਾ ਸਰ ਜੋ ਮਰਜ਼ੀ ਹੋ ਜਾਏ ਮੈਂ ਗਲੀਸਰੀਨ ਨਹੀਂ ਡਾਲੂ, ਮੇਰੇ ਖੁਦ ਕੇ ਆਸੂ ਹੋਣਗੇ। ਉਹਨਾਂ ਨੇ ਵੇਟ ਕੀਤਾ ਮੇਰੇ ਆਸੂ ਲਈ ਅਤੇ ਉਹ ਮੇਰੇ ਲਈ ਹਮੇਸ਼ਾ ਯਾਦਗਾਰ ਰਹੂਗਾ। ਬਟ ਉਹ ਸੀਨ ਬਹੁਤ ਅੱਛਾ, ਬਹੁਤ ਅੱਛਾ। ਹਰਜੀਤ ਦਾ ਕਰੈਕਟਰ ਐਮੀ ਵਿਰਕ ਭਾਈ ਨੇ ਨਿਭਾਇਆ, ਉਹ ਹਰਜੀਤੇ ਨੂੰ ਮਿਲੇ ਜਿਹੜੀ ਉਹਨਾਂ ਦੀ ਮਤਲਬ ਗਰਲਫ੍ਰੈਂਡ ਸੀ, ਉਹਨਾਂ ਕੋਲ ਮਿਲਣ ਦਾ ਕੋਈ ਕਿੱਦਾਂ ਹੋਇਆ ਵੀ ਕੁਛ ਹੋਇਆ? ਹਾਂਜੀ ਬਿਲਕੁਲ, ਮੈਂ ਉਹਨਾਂ ਤੋਂ ਪ੍ਰੋਪਰ ਟ੍ਰੇਨਡ ਹੋਈ ਹਾਂ, ਉਹਨਾਂ ਨੇ ਮੈਨੂੰ ਟ੍ਰੇਨ ਕੀਤਾ ਆ, ਮੈਂ ਉਹਨਾਂ ਵਾਂਗੂ ਪੂਰਾ ਉਹਨਾਂ ਦਾ ਜਿਵੇਂ ਉਹਨਾਂ ਦੀ ਬੋਲਣਾ ਚੱਲਣਾ ਉੱਠਣਾ ਬਹਿਣਾ ਬੋਡੀ ਲੈਂਗੁਏਜ ਐਵਰੀਥਿੰਗ ਜੋ ਇੱਕ ਹਾਕੀ ਪਲੇਅਰ ਨੂੰ ਹੋਣਾ ਚਾਹੀਦਾ ਮੈਂ ਉਹਨਾਂ ਤੋਂ ਸਿੱਖਿਆ। ਫਿਰ ਉਹਨਾਂ ਦਾ ਤਾਂ ਮੇਰੇ ਜਿੱਦਾਂ ਤੁਸੀਂ ਮੂਵੀ ਦਿਖਾਇਆ ਕਿ ਵਿਆਹ ਹੋ ਗਿਆ, ਫਿੱਦਾਂ ਉਹ ਕਿੱਦਾਂ ਪੋਸੀਬਲ ਹੋਇਆ? ਅਰੇ ਇੰਨਾ ਤਾਂ ਡਰਮੈਟਿਕ ਸਾਨੂੰ ਦਿਖਾਉਣਾ ਪੈਂਦਾ ਨਾ, ਆਪਾਂ ਸਾਰੀ ਚੀਜ਼ ਸੇਮ ਨਹੀਂ ਨਾ ਕਰ ਸਕਦੇ, ਲੋਕਾਂ ਨੂੰ ਪਿੰਚ ਵੀ ਤਾਂ ਹਲਕਾ ਜਿਹਾ ਹੋਣਾ ਚਾਹੀਦਾ ਨਾ। ਇਹ ਤਾਂ ਮਾਈਂਡ 'ਚ ਇਹ ਸੀਗਾ ਵੀ ਅੰਡਰ ਆਪਾਂ 18 ਕਹਿ ਰਹੇ ਹਾਂ ਜਾਂ 16 ਕਹਿ ਰਹੇ ਹਾਂ ਜਦੋਂ ਦਿਖਾ ਰਹੇ ਸੀਗੇ, ਵੀ ਜਿਹੜੀ ਗਰਲਫ੍ਰੈਂਡ ਹੋਊਗੀ ਛੋਟੀ ਹੋ ਗਈ ਨਾ, ਵੀ ਤਾਂ 16 ਸਾਲ 'ਚ ਵਿਆਹ ਕਿੱਦਾਂ ਹੋ ਗਿਆ? ਜੇ ਧਿਆਨ ਨਾਲ ਦੇਖੋ ਤਾਂ ਉਹਦੇ ਵਿੱਚ ਉਹਨੂੰ ਬੋਲਦੀ ਹੈ ਕਿ ਮੈਂ ਜ਼ਿਆਦਾ ਵੱਡੀ ਨਹੀਂ ਇਧਰ ਤੋਂ, 2-3 ਸਾਲ ਵੱਡੀ ਹਾਂ, ਸੋ ਤੋਂ ਵੱਡੀ ਸੀ ਕੋਈ। ਤੁਸੀਂ ਇਹ ਚੇਂਜ ਕੀਤਾ ਸੀਗਾ ਥੋੜ੍ਹਾ ਜਿਹਾ, ਪਹੁੰਚਾ ਜੋ ਵੀ ਚੀਜ਼ ਕਲੀਅਰ ਹੋ ਗਈ। ਹਾਂਜੀ। ਅਤੇ ਜੇ ਤੁਸੀਂ ਬਾਇਓਪਿਕ ਕਰਨੀ ਹੋਵੇ ਕਿਸੇ ਦੀ? ਬਾਇਓਪਿਕ ਜੇ ਮੈਂ ਹੁਣੇ ਮੇਰੇ ਜੋ ਮਨ 'ਚ ਚੱਲ ਰਿਹਾ ਬਹੁਤ ਜ਼ਿਆਦਾ, ਹਿਮਾ ਦਾਸ ਜੀ ਦੀ ਮੈਂ ਬਾਇਓਪਿਕ ਕਰਨਾ ਚਾਹੂੰਗੀ, ਕਿਉਂਕਿ ਇੱਕ ਤਾਂ ਉਹ ਪਲੇਅਰ ਨੇ, ਦੂਜਾ ਮੈਂ ਐਮੀ ਸਰ ਤੋਂ ਬਹੁਤ ਐਪਰੀਸ਼ੀਏਟ ਹੋਈ ਸੀਗੀ, ਇੰਸਪਾਇਰਡ ਹੋਈ ਸੀਗੀ ਹਰਜੀਤਾ ਦੇਖ ਕੇ, ਅਤੇ ਉਹ ਖੁਦ ਹਿਮਾ ਦਾਸ ਜੀ ਪਲੇਅਰ ਨੇ ਆਪਣੇ ਇੰਡੀਆ ਦੇ ਪਲੇਅਰ ਨੇ ਬਹੁਤ ਅੱਛੇ, ਸੋ ਉਹਨਾਂ ਨੇ ਸਾਡੇ ਇੰਡੀਆ ਨੂੰ ਐਡਾ ਵਧੀਆ ਮਤਲਬ ਕਿ ਪ੍ਰਾਊਡ ਫੀਲ ਕਰਵਾਇਆ, ਸੋ ਆਈ ਵਾਂਟ ਕਿ ਮੈਂ ਹਿਮਾ ਦਾਸ ਜੀ ਦੀ ਬਾਇਓਪਿਕ ਕਰਾਂ। ਵੈਸੇ ਤੁਹਾਨੂੰ ਕੰਪਲੀਮੈਂਟ ਬਹੁਤ ਮਿਲਦੇ ਹੋਣਗੇ, ਜਿੰਨਾ ਕੁ ਮੈਨੂੰ ਆਈਡੀਆ ਆ, ਬੈਸਟ ਕੰਪਲੀਮੈਂਟ ਜਿਹੜਾ ਯਾਦ ਹੋਵੇ ਜੀ? ਲੇਟੈਸਟ ਜਿਹੜਾ ਹੁਣ ਆ ਰਿਹਾ ਬੈਸਟ ਤੁਹਾਡੀ ਲਾਈਫ ਦਾ, ਜਿੰਨੀ ਕੁ ਵੀ ਤੁਹਾਡੀ ਉਮਰ ਹੋਈ ਆ 18 ਸਾਲ ਦੀ, ਬੈਸਟ ਕੰਪਲੀਮੈਂਟ ਕੋਈ ਵੀ ਕਿਸੇ ਤੋਂ ਵੀ? ਹਾਂ ਮੈਨੂੰ ਹੁਣੇ ਥੋੜ੍ਹੀ ਦੇਰ ਪਹਿਲਾਂ ਮੈਂ ਮੈਸੇਜ ਕ੍ਰੀਏਟ ਕੀਤਾ ਸੀ, ਉਹਦੇ ਵਿੱਚ ਮੈਨੂੰ ਕਿਸੇ ਨੇ ਲਿਖਿਆ ਸੀਗਾ ਕਿ ਬਸ ਸਾਵਨ ਹੀ ਸਾਵਨ ਹੋਈ ਪਈ ਆ ਹਰ ਪਾਸੇ, ਪਹਿਲਾਂ ਫਿਲਮ ਆ ਗਿਆ ਅਤੇ ਹੁਣ ਸਾਵਨ ਦਾ ਬਰਥਡੇ ਆ, ਸਾਡੇ ਮਾਇੰਡ 'ਚੋਂ ਹੀ ਨਹੀਂ ਨਿਕਲ ਰਿਹਾ, ਸੋ ਆਈ ਫੀਲ ਵੈਰੀ ਗੁੱਡ ਕਿ ਯੈਸ ਸ਼ੀ ਸ਼ਾਇਦ ਸਾਵਨ ਹੀ ਸਾਵਨ ਹੋਈ ਹੈ। ਤੁਸੀਂ ਉਹਨੂੰ ਜਵਾਬ ਕੀ ਦਿੱਤਾ ਜੀ? ਆਈ ਐਮ ਜਸਟ ਬਲਸ਼ਡ। ਕੋਈ ਜਵਾਬ ਨਹੀਂ ਦਿੱਤਾ ਨਾ ਤੁਸੀਂ? ਸਮਝ ਨਹੀਂ ਆ ਰਹੀ ਸੀ ਮੈਂ ਕੀ ਬੋਲਾਂ, ਉਹਨਾਂ ਨੇ ਇੱਡੀ ਵੱਡੀ ਗੱਲ ਕਹਿਤੀ ਵੀ ਹੁਣ ਸ਼ੁਕਰੀਆ ਉਹਦੇ ਲਈ, ਬਹੁਤ ਵੱਡੀ ਗੱਲ ਨਹੀਂ ਆ। ਸ਼ੇਅਰ ਲਿਖ ਕੇ ਭੇਜ ਦਿੰਦੇ ਕੋਈ, ਜਿੱਥੇ ਤੱਕ ਮੈਨੂੰ ਲੱਗਦਾ ਵੀ ਤੁਸੀਂ ਵੀ ਲਿਖਣ ਦੀ ਕੋਸ਼ਿਸ਼ ਕਰਦੇ ਆ, ਰਾਈਟਰ ਹੈਗਾ ਤੁਹਾਡੇ ਅੰਦਰ? ਨਹੀਂ ਬਿਲਕੁਲ ਨਹੀਂ, ਮੇਰੇ ਅੰਦਰ ਰਾਈਟਰ ਨਹੀਂ ਹੈਗਾ, ਮੇਰੇ ਅੰਦਰ ਸਿਰਫ ਐਕਟਿੰਗ ਹੈ, ਬਟ ਮੈਂ ਚਾਹੁੰਦੀ ਹਾਂ ਕਿ ਮੈਂ ਵੀ ਲਿਖਣਾ ਸ਼ੁਰੂ ਕਰਾਂ, ਕਿਉਂਕਿ ਇੱਕ ਲਿਖਣ ਨਾਲ ਬੰਦੇ ਦੀ ਡਿਵੈਲਪਮੈਂਟ ਬਹੁਤ ਜ਼ਿਆਦਾ ਹੁੰਦੀ ਆ, ਬੰਦਾ ਬਹੁਤ ਮੈਚਿਓਰ ਹੁੰਦਾ, ਸੋ ਆਈ ਵਾਂਟ ਕਿ ਮੈਂ ਵੀ ਲਿਖਣਾ ਸ਼ੁਰੂ ਕਰਾਂ। ਅਤੇ ਲਾਈਫ ਦੇ ਵਿੱਚ ਕੋਈ ਇੱਦਾਂ ਦਾ ਸਮਾਂ ਆਇਆ ਜਦੋਂ ਸਾਵਨ ਜੀ ਨੂੰ ਲੱਗਾ ਕਿ ਨਹੀਂ, ਇੱਕ ਬੰਦਾ ਟੁੱਟਦਾ ਵੀ ਹੈ ਨਾ ਕਿਸੇ ਵੀ ਫੀਲਡ 'ਚ ਆਉਂਦਾ ਵੀ ਨੈਗੇਟਿਵ ਵੀ ਹੋ ਜਾਂਦਾ ਹੈ, ਉਹ ਟਾਈਮ ਕਿਹੜਾ ਸੀਗਾ? ਜਾਂ ਜੇ ਨਹੀਂ ਆਇਆ ਫਿਰ ਤਾਂ ਬਹੁਤ ਵਧੀਆ ਹੈ, ਪਰ ਇਸ ਫੀਲਡ ਦੇ ਵਿੱਚ ਆ ਜਾਂਦਾ ਮੋਸਟਲੀ ਆਏ, ਅਤੇ ਉਹ ਤੋਂ ਤੁਸੀਂ ਓਵਰਕਮ ਕਿੱਦਾਂ ਕੀਤਾ? ਹਰਜੀਤਾ ਤੋਂ ਬਾਅਦ ਮੈਂ ਕਾਫੀ ਟਾਈਮ ਲਿਆ ਆਪਣੀ ਨੈਕਸਟ ਮੂਵੀਜ਼ ਲਈ, ਉਹਦੇ ਪਿੱਛੇ ਕਾਰਨ ਇਹ ਸੀਗਾ ਕਿ ਆਈ ਵਾਂਟ ਬੈਸਟ ਆਫਟਰ ਹਰਜੀਤਾ, ਕਿਉਂਕਿ ਮੈਨੂੰ ਕਿਸੇ ਬਹੁਤ ਹੀ ਸਿਆਣੇ ਬੰਦੇ ਨੇ ਕਿਹਾ ਸੀਗਾ ਕਿ ਪਹਿਲੀ ਫਿਲਮ ਮਿਲਣੀ ਇਜ਼ ਟਫ ਹੁੰਦਾ, ਦੂਸਰੀ ਮਿਲਣੀ ਉਸ ਲੈਵਲ 'ਤੇ ਹੀ ਉਸ ਤੋਂ ਵੀ ਟਫ, ਸੋ ਸੈਕਿੰਡ ਫਿਲਮ ਮੇਰੀ ਲਾਈਫ ਦੇ ਵਿੱਚ ਸਿਕੰਦਰ ਆਉਣਾ ਮੇਰੇ ਲਈ ਬਹੁਤ ਹੀ ਵੱਡੀ ਗੱਲ ਹੈ, ਕਿਉਂਕਿ ਹਰਜੀਤਾ ਤੋਂ ਬਾਅਦ ਸਿਕੰਦਰ ਹਿੱਟ ਹੈ ਨਾ, ਅਤੇ ਉਹ ਚੀਜ਼ ਮੇਰੇ ਲਈ ਬਹੁਤ ਮਾਇਨੇ ਰੱਖਦੀ ਹੈ, ਸੋ ਇਟਸ ਗੁੱਡ ਫੋਰ ਮੀ। ਮਤਲਬ ਤੁਸੀਂ ਹੁਣ ਸੈਟਿਸਫਾਈ ਹੋ ਆਪਣੇ, ਤੁਹਾਡੇ 2 ਮੂਵੀਜ਼ ਆਈਆਂ ਹਰਜੀਤਾ, ਉਹ ਆਪਾਂ ਬਿਜ਼ਨਸ ਦੀ ਗੱਲ ਨਹੀਂ ਕਰਾਂਗੇ, ਫਿਲਮ ਦੀ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਵੀ ਬਾ ਕਮਾਲ ਫਿਲਮ ਸੀਗੀ, ਅਤੇ ਸਿਕੰਦਰ ਨੂੰ ਵੀ ਹੁਣ ਬਹੁਤ ਸਾਰਾ ਪਿਆਰ ਮਿਲਿਆ, ਅਤੇ ਦੋਨਾਂ 'ਚ ਚੂਜ਼ ਕਰਨੀ ਹੋਵੇ ਕਿਹੜੀ ਫਿਲਮ? ਇਹ ਤਾਂ ਡਿਪਲੋਮੈਟਿਕ ਕੁਐਸਚਨ ਹੋ ਗਿਆ, ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਹਰਜੀਤਾ ਮੇਰੀ ਲਾਈਫ ਦੇ ਹਮੇਸ਼ਾ ਕਲੋਜ਼ ਰਹੇਗੀ, ਕਿਉਂਕਿ ਉਹ ਮੇਰੀ ਪਹਿਲੀ ਫਿਲਮ ਸੀਗੀ ਇਹਦੇ 'ਚ ਇਹ ਹੈ ਕਿ ਮੇਰਾ ਚੈਲੇਂਜਿੰਗ ਕਰੈਕਟਰ ਸੀਗਾ, ਉਹ ਮਤਲਬ ਆਪਾਂ ਹਰ ਫਿਲਮ ਦੇ ਵਿੱਚ ਕੁਛ ਨਾ ਕੁਛ ਨਵਾਂ ਸਿੱਖਦੇ ਹਾਂ, ਮੈਂ ਹਰ ਫਿਲਮ ਤੋਂ ਹਰ ਬੰਦੇ ਤੋਂ ਫਿਲਮ ਦੇ ਨਿੱਕੇ ਤੋਂ ਨਿੱਕੇ ਬੰਦੇ ਤੋਂ ਕੁਛ ਨਾ ਕੁਛ ਛੋਟੇ ਤੋਂ ਲੈ ਕੇ ਵੱਡੇ ਤੱਕ ਹਮੇਸ਼ਾ ਸਿੱਖਦੀ ਹਾਂ, ਸੋ ਮੈਂ ਇਹ ਨਹੀਂ ਕਹਿ ਸਕਦੀ ਕਿ ਮੇਰੀ ਆਹ ਫੇਵਰੇਟ ਆ ਮੇਰੀ ਆਹ ਫੇਵਰੇਟ ਆ, ਹਰ ਚੀਜ਼ ਉਹਦਾ ਆਪਣਾ ਆਪਣਾ ਮਾਇਨੇ ਰੱਖਦੀ ਹੈ, ਹਰ ਇੱਕ ਚੀਜ਼ ਮੇਰੀ ਲਾਈਫ ਦੇ ਵਿੱਚ ਜੋ ਵੀ ਆਉਂਦਾ ਯੂ ਨੋ। ਫੈਮਿਲੀ ਕੀ ਕਹਿੰਦੀ ਹੈ ਜੀ, ਪੇਰੈਂਟਸ ਕੀ ਕਹਿ ਰਹੇ ਹੁਣ? ਪੇਰੈਂਟਸ ਮੇਰੇ ਬਹੁਤ ਖੁਸ਼ ਹੈ ਜੀ, ਅਤੇ ਉਹ ਹਮੇਸ਼ਾ ਮੈਨੂੰ ਕਹਿੰਦੇ ਰਹਿੰਦੇ ਆ, ਉਹ ਕਦੀ ਵੀ ਪਾਪਾ ਜ਼ਰੂਰ, ਪਾਪਾ ਦਾ ਐਵੇਂ ਆ ਕਿ ਪਾਪਾ ਮੇਰੀ ਕਦੀ ਵੀ ਤਾਰੀਫ ਨਹੀਂ ਕਰਦੇ, ਕਦੀ ਵੀ ਨਹੀਂ ਤਾਰੀਫ ਕਰਦੇ, ਇਸ ਵਾਰੀ ਵੀ ਉਹਨਾਂ ਨੇ ਹਾਂ ਗੁੱਡ ਸੀ, ਬਟ ਉਹ ਮੇਰੇ ਪਿੱਠ ਪਿੱਛੇ ਬਹੁਤ ਤਾਰੀਫ ਕਰਦੇ ਆ, ਮੈਨੂੰ ਪਤਾ ਲੱਗ ਜਾਂਦਾ ਮੇਰੀ ਸਿਸਟਰਸ ਨੂੰ ਜਾਂ ਆਂਢ ਗਵਾਂਢ, ਉਹ ਮੇਰੀ ਤਾਰੀਫ ਕਰਦੇ ਆ, ਬਟ ਉਹ ਮੇਰੀ ਕਦੀ ਵੀ ਮੂੰਹ 'ਤੇ ਨਹੀਂ ਕਰਦੇ, ਉਹ ਹਮੇਸ਼ਾ ਹੀ ਕਹਿੰਦੇ ਆ ਕਿ ਤਾਰੀਫਾਂ 'ਚ ਕੁਛ ਨਹੀਂ ਹੁੰਦਾ, ਬਸ ਕੰਮ ਵਧੀਆ ਕਰੋ, ਅਤੇ ਜਿੱਦਣ ਉਹ ਮੈਨੂੰ ਇੰਨਾ ਵੀ ਕਹਿ ਦੇਣ ਨਾ ਕਿ ਬਹੁਤ ਵਧੀਆ, ਉਹ ਮੇਰਾ ਬੈਸਟ ਡੇ ਹੁੰਦਾ ਲਾਈਫ ਦਾ।
ਮਤਲਬ ਪਾਪਾ ਹਲੇ ਕਹਿੰਦੇ ਨਹੀਂ ਹੈਗੇ, ਪਿੱਠ ਪਿੱਛੇ ਹੀ ਕਹਿੰਦੇ ਆ ਗੱਲ ਹੈਗੇ, ਮੇਰੀ ਤਾਰੀਫ ਕਰਦੇ ਆ ਵੈਸੇ, ਵਧੀਆ ਚੀਜ਼ ਵੀ ਹੈ ਮੇਰੇ ਸਾਹਮਣੇ। ਹਾਂਜੀ ਬਿਲਕੁਲ, ਹੁਣ ਤੱਕ ਉਹ ਮੇਰੇ ਪਿੱਠ ਪਿੱਛੇ ਤਾਰੀਫ ਕਰਦੇ, ਕਦੀ ਮੂੰਹ ਤਾਂ ਨਹੀਂ ਕੀਤੀ ਉਹਨਾਂ ਨੇ। ਹੁਣ ਉਮੀਦ ਆ ਕਿ ਵੀ ਬਹੁਤ ਜਲਦ ਉਹ ਵੀ ਤੁਹਾਡੇ ਸਾਹਮਣੇ ਵੀ ਤਾਰੀਫ ਕਰ ਦੇਣਗੇ। ਤੁਹਾਡੇ ਪਾਪਾ ਸ਼ਰਮੀਲੇ ਤਾਂ ਨਹੀਂ ਜ਼ਿਆਦਾ? ਬਿਲਕੁਲ ਵੀ ਨਹੀਂ, ਉਹੀ ਸੋਚਾਂ ਮੈਂ ਕਿ ਸ਼ਾਇਦ ਸ਼ਰਮੀਲੇ ਨਾ ਹੋਣ। ਬਿਲਕੁਲ ਵੀ ਸ਼ਰਮੀਲੇ ਨਹੀਂ ਹੈਗੇ ਉਹ, ਅਤੇ ਉਹ ਬਲਕਿ ਉਹ ਮੈਨੂੰ ਹਮੇਸ਼ਾ ਸਿਖਾਉਂਦੇ ਹੀ ਆ ਕਿ ਇੱਦਾਂ ਨਹੀਂ ਇੱਦਾਂ ਚੱਲਣਾ ਲਾਈਫ ਦੇ ਵਿੱਚ, ਜਿਹੜੇ ਮਰਜ਼ੀ ਮੈਂ ਉਹਨਾਂ ਦੀ ਹਮੇਸ਼ਾ ਗੱਲ ਫੋਲੋ ਕਰਦੀ ਹਾਂ, ਹਮੇਸ਼ਾ ਲਾਈਫ 'ਚ ਫੋਲੋ ਕਰੂੰਗੀ ਕਿ ਜਿਹੜੇ ਮਰਜ਼ੀ ਮੁਕਾਮ 'ਤੇ ਤੁਸੀਂ ਪਹੁੰਚੋ, ਪੈਰ ਜਿਹੜੇ ਆਪਣੇ ਜ਼ਮੀਨ 'ਤੇ ਰੱਖੋਗੇ ਤਾਂ ਦੁਨੀਆ ਤੁਹਾਡੀ ਹੈ, ਨਹੀਂ ਤਾਂ ਕੋਈ ਨਹੀਂ ਤੁਹਾਡਾ। ਸੋ ਅਗਰ ਤੁਸੀਂ ਆਪਣੇ ਚਾਹੁਣ ਵਾਲਿਆਂ ਨੂੰ ਪਿਆਰ ਦਿਉਂਗੇ, ਉਹਨਾਂ ਤੋਂ ਪਿਆਰ ਤਾਂ ਹੀ ਮਿਲੇਗਾ ਤੁਹਾਨੂੰ। ਬਰਥਡੇ ਤੁਹਾਡਾ ਤੁਹਾਨੂੰ ਯਾਦ ਹੋਵੇ, ਜਿੰਨੇ ਵੀ ਤੁਸੀਂ ਸਾਲ ਦੇ ਹੋ ਗਏ, 16 ਕੁ ਸਾਲ ਦੇ ਤੁਸੀਂ ਹੋ ਗਏ, ਵੀ ਤੁਹਾਨੂੰ ਬੈਸਟ ਬਰਥਡੇ ਯਾਦ ਹੋਵੇ ਜਾਂ ਬੈਸਟ ਬਰਥਡੇ ਗਿਫਟ ਕੋਈ ਯਾਦ ਹੋਵੇ? ਬੈਸਟ ਬਰਥਡੇ ਯਾਦ ਐਂ ਤਾਂ ਨਹੀਂ, ਮਤਲਬ ਇਹ ਜ਼ਰੂਰ ਆ ਕਿ ਮੇਰੇ ਹੋਣ ਤੋਂ ਲੈ ਕੇ ਪਲੱਸ ਟੂ ਤੱਕ, ਮਤਲਬ ਮੇਰੇ ਘਰਦਿਆਂ ਨੇ ਮੇਰਾ ਬਰਥਡੇ ਜਿੱਦਾਂ ਬਹੁਤ ਸਾਰੇ ਫਰੈਂਡਸ ਬੁਲਾ ਕੇ ਕੈਪ ਪਾ ਕੇ ਪਲੱਸ ਟੂ ਤੱਕ, ਕਹਿੰਦਾ ਵੀ ਇੱਕ ਸਮੋਸਾ ਰੱਖ ਦਿੱਤਾ, ਇੱਕ ਗੁਲਾਬ ਜਾਮਣ ਰੱਖ ਦਿੱਤੀ, ਕੇਕ ਕੱਟ ਕੇ, ਉਹ ਵਾਲਾ ਬਰਥਡੇ ਕਹਿ ਰਹੇ ਨਾ ਤੁਸੀਂ? ਹਾਂ ਮਤਲਬ ਕੈਪ ਪਾ ਕੇ, ਸਾਰੇ ਫਰੈਂਡਸ ਨੂੰ ਬੁਲਾ ਕੇ ਬਚਪਨ ਤੋਂ ਲੈ ਕੇ ਉਹ ਪਲੱਸ ਟੂ ਤੱਕ ਮੇਰਾ ਉਦਾਂ ਬਰਥਡੇ ਮਨਿਆ। ਮੇਰਾ ਬੈਸਟ ਬਰਥਡੇ ਸੀ ਮਾਏ 16th ਬਰਥਡੇ, ਉਹਦੇ 'ਤੇ ਪਾਪਾ ਨੇ ਮੇਰੇ ਬਹੁਤ ਸਾਰੀਆਂ ਫਰੈਂਡਸ ਨੂੰ, ਮਤਲਬ ਆਈ ਲਵ, ਮੈਨੂੰ ਬਹੁਤ ਲੋਕ ਬਹੁਤ ਪਸੰਦ ਆ, ਮੇਰੇ ਸਾਹਮਣੇ ਮੇਰੇ ਲਾਗੇ ਚਾਗੇ ਬਹੁਤ ਲੋਕ ਹੋਣ, ਭੀੜ ਮੈਨੂੰ ਬਹੁਤ ਜ਼ਿਆਦਾ ਪਸੰਦ ਆ, ਮੈਨੂੰ ਬਹੁਤ ਪਸੰਦ ਆ, ਮਤਲਬ ਮੈਨੂੰ ਜ਼ਿਆਦਾ ਲੋਕਾਂ 'ਚ ਜਾਣਾ ਪਸੰਦ ਆ, ਵੀ ਮੈਨੂੰ ਸ਼ਾਂਤੀ ਬਹੁਤ ਘੱਟ ਪਸੰਦ ਆ, ਮੈਨੂੰ ਪਸੰਦ ਆ ਕਿ ਮੇਰੇ ਲੋਕ ਹਲਚਲ ਹੁੰਦੀ ਰਹੇ ਮੇਰੇ ਲਾਗੇ ਚਾਗੇ। ਸੋ ਉਹ ਮੇਰਾ ਬੈਸਟ ਬਰਥਡੇ ਸੀਗਾ, ਬੈਸਟ ਐਵਰ ਬਰਥਡੇ ਮਾਈ 16th ਬਰਥਡੇ। ਤੁਹਾਨੂੰ ਸ਼ਾਂਤੀ ਜ਼ਿਆਦਾ ਨਹੀਂ ਪਸੰਦ, ਤਾਂ ਹੀ ਮਤਲਬ ਤੁਸੀਂ ਕੁੱਟ ਖਾਂਦੇ ਰਹੇ ਆਪਣੇ ਘਰਦਿਆਂ ਤੋਂ ਛੋਟੇ ਹੁੰਦੇ? ਅਰੇ ਤੁਸੀਂ ਮੈਨੂੰ ਨਾ ਜਮਾਂ ਹੀ ਬਦਨਾਮ ਕਰਤਾ ਕੁੱਟ ਦੇ ਮਾਮਲੇ 'ਚ, ਮੈਂ ਐਡੀ ਕਰਦਿਆਂ ਤਾਂ ਇਹ ਸੀ ਨਾ ਕਿ ਜੇ ਅਸੀਂ 3 ਸਿਸਟਰ ਆ, ਜੇ ਸਾਨੂੰ ਪਿਆਰ ਪੁੱਤਾਂ ਵਾਂਗੂ ਕੀਤਾ ਤਾਂ ਕੁੱਟ ਵੀ ਫਿਰ ਪੁੱਤਾਂ ਵਾਂਗੂ ਹੀ ਪਈ ਹੈ, ਅਤੇ ਕੁੱਟ ਵੀ ਫਿਰ ਉੱਦਾਂ ਹੀ ਪਈ ਹੈ ਪੁੱਤਾਂ ਵਾਂਗੂ, ਕਿਉਂਕਿ ਫਿਰ ਲਾਡਲੇ ਹਾਂ ਘਰਦਿਆਂ ਦੇ, ਤਿੰਨੋਂ ਜਾਣੀਆਂ ਹੀ ਅਸੀਂ, ਪਾਪਾ ਨੇ ਬਿਲਕੁਲ ਮੁੰਡਿਆਂ ਵਾਂਗੂ ਪਿਆਰ ਦਿੱਤਾ, ਸੋ ਕੁੱਟ ਕੁੱਟ ਉਹ ਤਾਂ ਆਮ ਗੱਲ ਹੈ। ਵੈਸੇ ਕਿੰਨੇ ਸਾਲ ਹੋ ਗਏ ਕੁੱਟ ਪਈ ਨੂੰ ਜੀ? ਪਈ ਨੂੰ ਲਾਸਟ ਕੁੱਟ ਮੈਨੂੰ ਤਾਂ ਮੈਨੂੰ ਯਾਦ ਆ ਵੀ ਮੈਂ ਸਹਿਮਤ ਸੀਗਾ ਜਦੋਂ ਮੇਰਾ ਲਾਸਟ ਥੱਪੜ ਪਿਆ ਸੀ। ਲਾਸਟ ਕੁੱਟ ਆਈ ਥਿੰਕ ਮੈਨੂੰ ਪਲੱਸ ਟੂ ਦੇ ਵਿੱਚ ਹੀ ਪਈ ਹੋ। ਪਲੱਸ ਟੂ 'ਚ ਥੱਪੜ? ਫਿਰ ਤੁਹਾਡੀ ਤੁਹਾਡੀ ਮੰਮਾ ਨੇ ਕਿਹਾ ਨਹੀਂ ਤੁਹਾਡੇ ਪਾਪਾ ਨੂੰ, ਲੈ ਆਪਣੀ ਬਰਾਬਰ ਦੀ ਕੁੜੀ ਦੇ ਜਵਾਨ ਧੀ ਦੇ ਥੱਪੜ ਮਾਰਦਾ ਹੈ? ਪਿਆ ਸੀ, ਮਤਲਬ ਮੈਨੂੰ ਇੰਨਾ ਕੁ ਯਾਦ ਆ, ਹਲਕਾ ਜਿਹਾ ਯਾਦ ਆ ਕਿ ਮੈਨੂੰ ਥੱਪੜ ਪਿਆ ਸੀ ਪਾਪਾ ਤੋਂ, ਆਈ ਥਿੰਕ ਕੋਈ ਨੰਬਰ ਨੰਬਰ ਦੇ ਚੱਕਰ 'ਚ ਪੈ ਗਿਆ ਹੋਗਾ, ਇੱਦਾਂ ਨਹੀਂ ਕੋਈ ਕੋਈ ਰੀਜ਼ਨ ਨਹੀਂ, ਬਿਗ ਰੀਜ਼ਨ, ਅਤੇ ਉਹ ਕੋਈ ਇੱਦਾਂ ਇਸ਼ੂ ਨਹੀਂ ਸੀ ਕਿਉਂਕਿ ਘਰਦਿਆਂ ਦੇ ਮੁੰਡੇ ਤਾਂ ਹੈਗੇ ਸੀ। ਸੋ ਕੂਲ ਹੈ ਮੈਮ। ਅਪਕਮਿੰਗ ਪ੍ਰੋਜੈਕਟਸ 19-21 ਜੱਦੀ ਸਰਦਾਰ, ਇਸ ਤੋਂ ਇਲਾਵਾ ਕੁਛ ਫਾਈਨਲ ਹੋਇਆ ਤਾਂ? ਬਸ 2-4 ਦਿਨਾਂ 'ਚ ਫਾਈਨਲ ਹੋ ਕੇ ਮੈਂ ਅਪਡੇਸ਼ਨ ਦੇ ਦਿੰਦੀ। ਅਪਡੇਸ਼ਨ ਹੋਰ, ਹੁਣ ਪਹਿਲਾਂ ਕੋਈ 3 ਇਕੱਠੀਆਂ ਦੋਗੇ ਅਪਡੇਸ਼ਨਸ? ਕੁਛ ਵੀ ਹੋ ਸਕਦਾ, ਇਟਸ ਮੈਜਿਕ, ਮੈਜਿਕ ਔਰ ਮਿਰੇਕਲ, ਕੁਛ ਵੀ ਹੋ ਸਕਦਾ, ਮੈਂ ਕੁਛ ਨਹੀਂ ਹਾਲੇ ਕਹਿ ਸਕਦੀ, ਬਟ ਜੋ ਵੀ ਹੋਊਗਾ ਸਭ ਨੂੰ ਬਹੁਤ ਪਸੰਦ ਆਊਗਾ, ਕਿਉਂਕਿ ਮੇਰੇ ਆਹ ਵੀ ਸਾਰੇ ਪ੍ਰੋਜੈਕਟਸ ਨੂੰ ਸਾਰੇ ਇੰਨਾ ਪਿਆਰ ਦੇ ਰਿਹਾ, ਅਤੇ ਉਹਨਾਂ ਨੂੰ ਪਤਾ ਹੈ ਕਿ ਮੈਂ ਜੋ ਵੀ ਚੂਜ਼ ਕਰਦੀ ਹਾਂ ਬਹੁਤ ਸੋਚ ਸਮਝ ਕੇ ਚੂਜ਼ ਕਰਦੀ ਹਾਂ। ਸੋ ਮੈਮ ਬਹੁਤ ਸਾਨੂੰ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੁਹਾਡੇ ਨਾਲ ਤੁਹਾਡਾ ਬਰਥਡੇ ਸੈਲੀਬ੍ਰੇਟ ਕਰਕੇ, ਤੁਹਾਡੇ ਸਾਰਿਆਂ ਦਾ ਪੂਰੀ ਟੀਮ ਦਾ ਬਹੁਤ ਬਹੁਤ ਥੈਂਕ ਯੂ ਕਹਿਣਾ ਚਾਹਾਂਗੀ ਕਿ ਤੁਸੀਂ ਮੇਰਾ ਬਰਥਡੇ ਇੰਨਾ ਸਪੈਸ਼ਲ ਕੀਤਾ, ਕਿਉਂਕਿ ਸਾਰੇ ਮੇਰੇ ਲਈ ਇੰਨਾ ਸਪੈਸ਼ਲ ਕਰ ਰਹੇ ਹੋ, ਔਰ ਤੁਸੀਂ ਵੀ ਇੰਨਾ ਸਪੈਸ਼ਲ ਕੀਤਾ, ਉਹਦੇ ਲਈ ਥੈਂਕ ਯੂ ਸੋ ਮਚ। ਅਸੀਂ ਸਿੱਧੂ ਸਾਹਿਬ ਦਾ ਵੀ ਥੈਂਕ ਯੂ ਕਰਦੇ ਹਾਂ, ਉਹਨਾਂ ਨੂੰ ਅਸੀਂ ਕਾਲ ਕੀਤੀ ਤਾਂ ਉਹਨਾਂ ਨੇ ਸਾਡੀ ਜਿਹੜੀ ਆ ਅਰਜ਼ੀ ਪ੍ਰਵਾਨ ਕਰ ਦਿੱਤੀ, ਅਤੇ ਨਾਲੇ ਸਾਵਨ ਮੈਮ ਨੂੰ ਲੈ ਕੇ ਆ ਗਏ। ਮੈਮ ਬਹੁਤ ਬਹੁਤ ਧੰਨਵਾਦ, ਅਤੇ ਤੁਸੀਂ ਇੰਟਰਵਿਊ ਕਰਕੇ ਮੈਨੂੰ ਹਮੇਸ਼ਾ ਇੱਕ ਐਨਰਜੀ ਮਿਲਦੀ ਆ, ਔਰ ਹੁਣ ਵੀ ਬਹੁਤ ਜ਼ਿਆਦਾ ਮਿਲੀ ਆ। ਤੁਹਾਡੇ ਤੁਹਾਡੀ ਐਨਰਜੀ ਸਾਹਮਣੇ ਮੇਰੀ ਐਨਰਜੀ ਕੁਛ ਵੀ ਨਹੀਂ ਆਈ ਜੀ। ਤੁਸੀਂ ਇਹ ਗੱਲ ਮੰਨ ਗਏ ਹੋ? ਸੀਰੀਅਸਲੀ ਮੰਨ ਗਿਆ ਜੀ, ਇਸ ਗੱਲ ਨੂੰ ਮੈਂ ਮੰਨਦਾ। ਠੀਕ ਹੈ ਜੀ, ਬਟ ਮੈਨੂੰ ਬਹੁਤ ਬਹੁਤ ਚੰਗਾ ਲੱਗਿਆ, ਤੁਸੀਂ ਇੰਨਾ ਪਿਆਰ ਦਿੱਤਾ ਮੈਨੂੰ, ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਜੀ ਮੈਡਮ, ਬਹੁਤ ਬਹੁਤ ਮੁਬਾਰਕਾਂ ਇੱਕ ਵਾਰੀ ਜਨਮ ਦਿਨ ਦੀਆਂ। ਇਹ ਸੀਗੇ ਸਾਡੇ ਨਾਲ ਸਾਵਨ ਮੈਮ, ਜਿਨ੍ਹਾਂ ਦਾ ਅਸੀਂ ਬਰਥਡੇ ਸੈਲੀਬ੍ਰੇਟ ਕੀਤਾ ਅੱਜ ਬੋਟ ਹਾਊਸ ਦੇ ਵਿੱਚ, ਅਤੇ ਸਾਰੀ ਟੀਮ ਦਾ, ਸਾਵਨ ਮੈਮ ਦੀ ਟੀਮ ਦਾ, ਬੋਟ ਹਾਊਸ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ। ਅਤੇ ਅਸੀਂ ਇਹੀ ਕਹਿੰਦੇ ਹਾਂ ਕਿ ਅਸੀਂ ਮੈਡਮ ਦਾ ਬਰਥਡੇ ਹਰ ਸਾਲ ਮੈਡਮ ਦੇ ਨਾਲ ਹੀ ਮਨਾਉਂਦੇ ਰਹੀਏ। ਦੇਖਦੇ ਰਹੋ ਪੰਜਾਬ ਪਟੀਸ਼ਨ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।